ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨਾਲ ਜੋ ਅੱਜ ਦੀ ਇਹ ਘਟਨਾ ਸਾਂਝੀ ਕਰਨ ਲੱਗੇ ਹਾਂ, ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਸ਼ਾਂ ਦੇ ਡੇਰੇ ਦੀ ਹੈ, ਜਿੱਥੇ ਮਹਾਂਪੁਰਸ਼ ਕਾਫੀ ਸਾਲ ਵਿਰਾਜਮਾਨ ਰਹੇ। ਇੱਕ ਵਾਰੀ ਇੱਕ ਬੀਬੀ ਅਤੇ 20 ਸਾਲ ਦਾ ਉਸ ਦਾ ਪੁੱਤਰ ਸੀ, ਬਾਬਾ ਜੀ ਨੂੰ ਮਿਲਣ ਦੇ ਲਈ ਆਏ। ਮੈਨੇ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਸੀ ਕਿ ਜਦੋਂ ਇਨਸਾਨ ਦੁਖੀ ਹੁੰਦਾ ਹੈ ਉਹ ਜ਼ਿਆਦਾ ਨਹੀਂ ਬੋਲ ਸਕਦਾ, ਪਰ ਉਸ ਦੀਆਂ ਅੱਖਾਂ ਦੇ ਜੋ ਹੰਝੂ ਹੁੰਦੇ ਹਨ ਉਹ ਬਿਆਨ ਕਰਦੇ ਹਨ ਕਿ ਇਸ ਦੇ ਅੰਦਰ ਕਿੰਨਾ ਦਰਦ ਅਤੇ ਕਿੰਨੀ ਤਕਲੀਫ ਹੈ। ਤਾਂ ਜਦੋਂ ਬੀਬੀ ਮਹਾਂਪੁਰਸ਼ਾਂ ਦੇ ਖੁਲਾ ਕੇ ਦਰਸ਼ਨ ਕਰਦੀ ਹੈ ਤਾਂ ਨਮਸਕਾਰ ਕਰਨ ਸਾਰ ਹੀ ਬਹੁਤ ਜ਼ਿਆਦਾ ਉੱਚੀ ਉੱਚੀ ਰੋਂਦੀ ਹੈ, ਕੁਰਲਾਉਂਦੀ ਹੈ ਅਤੇ ਮਹਾਂਪੁਰਸ਼ਾਂ ਨੂੰ ਕਹਿੰਦੀ ਹੈ ਕਿ ਬਾਬਾ ਜੀ 10 ਸਾਲ ਹੋ ਗਏ ਮੇਰਾ ਪਤੀ ਮੈਨੂੰ ਛੱਡ ਕੇ ਇਸ ਜਹਾਨ ਤੋਂ ਤੁਰ ਗਿਆ, ਆ ਇੱਕ ਬੱਚਾ ਮੇਰੀ ਝੋਲੀ ਵਿੱਚ ਪਾ ਗਿਆ, ਇੱਕ ਮੇਰੀ ਬੇਟੀ ਹੈ ਜੋ ਹਜੇ ਕੁਆਰੀ ਹੈ, ਮੇਰੇ ਘਰ ਵਾਲੇ ਦੇ ਸਿਰ 'ਤੇ ਕਰਜ਼ਾ ਬਹੁਤ ਜ਼ਿਆਦਾ ਸੀ ਅਤੇ ਹੁਣ ਉਹੀ ਕਰਜ਼ਾ ਮੇਰੇ ਪੁੱਤਰ 'ਤੇ ਪੈ ਗਿਆ, ਤੁਸੀਂ ਦੱਸੋ ਬਾਬਾ ਜੀ ਕਿਵੇਂ ਮੇਰਾ ਪੁੱਤਰ ਇਹ ਕਰਜ਼ਾ ਉਤਾਰੇਗਾ ਅਤੇ ਕਦੇ ਇਹੋ ਜਿਹਾ ਸਮਾਂ ਵੀ ਆਵੇਗਾ ਮੈਂ ਵੀ ਕੋਈ ਖੁਸ਼ੀ ਦੇਖਾਂਗੀ ਅਤੇ ਮੇਰੀ ਬੱਚੀ ਦਾ ਹਜੇ ਵਿਆਹ ਵੀ ਨਹੀਂ ਹੋਇਆ ਅਤੇ ਇੰਨੇ ਦੁੱਖ ਦੇ ਵਿੱਚ ਅਸੀਂ ਕੀ ਕਰੀਏ, ਮਿਹਰ ਕਰੋ ਸਾਡੇ 'ਤੇ ਵੀ ਬਾਬਾ ਜੀ ਕਿਰਪਾ ਕਰ ਦਿਓ। ਵਾਰੀ ਵਾਰੀ ਰੋ ਕੇ ਇੱਕੋ ਹੀ ਗੱਲ ਕਹਿਣ ਲੱਗ ਗਈ, ਕਦੇ ਮੈਂ ਵੀ ਕੋਈ ਖੁਸ਼ੀ ਦਾ ਦਿਨ ਦੇਖਾਂਗੀ। ਬਾਬਾ ਜੀ ਨੇ ਜਦੋਂ ਨਜ਼ਰ ਘੁਮਾਈ ਤਾਂ ਉਸ ਦੇ ਬੱਚੇ ਵੱਲ ਦੇਖਿਆ ਅਤੇ ਕਿਹਾ, ਕੋਈ ਗੱਲ ਨਹੀਂ ਬੀਬਾ ਜੀ, ਰੋਵੋ ਨਾ, ਰੋਣ ਦੇ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ। ਬਾਬਾ ਜੀ ਨੇ ਉਸ ਦੇ ਪੁੱਤਰ ਨੂੰ ਬੁਲਾਇਆ ਅਤੇ ਆਪਣੇ ਖੀਸੇ ਦੇ ਵਿੱਚ ਹੱਥ ਪਾਇਆ, 50 ਰੁਪਏ ਕੱਢ ਕੇ ਉਸ ਨੂੰ ਦੇ ਦਿੱਤੇ ਅਤੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਤੇਰੇ 'ਤੇ ਕਿਰਪਾ ਕਰਨਗੇ, ਬਾਣੀ ਪੜ੍ਹਿਆ ਕਰ, ਜਾਪ ਕਰਿਆ ਕਰ ਅਤੇ ਉਸ ਪਰਮਾਤਮਾ 'ਤੇ ਭਰੋਸਾ ਰੱਖਣਾ ਹੈ। ਇੰਨੇ ਵਿੱਚ ਹੀ ਉਹ ਬੀਬੀ ਵੀ ਉੱਠ ਕੇ ਖੜ੍ਹੀ ਹੋ ਗਈ ਅਤੇ ਕਹਿਣ ਲੱਗ ਗਈ ਕਿ ਬਾਬਾ ਜੀ ਤੁਸੀਂ ਕਿਰਪਾ ਕਰੋ, ਅਸੀਂ ਪੈਸੇ ਨਹੀਂ ਲੈਣੇ। ਹੁਣ ਇਹ ਮੈਂ ਨਹੀਂ ਕਹਿ ਸਕਦਾ ਕਿ ਉਸ ਬੀਬੀ ਦੀ ਬਿਰਤੀ ਕਿਹੋ ਜਿਹੀ ਸੀ, ਕਈ ਵਾਰੀ ਹੋ ਸਕਦਾ ਹੈ ਅਨਪੜ੍ਹਤਾ ਕਰਕੇ
ਜਾਂ ਗਿਆਨ ਨਾ ਹੋਣ ਕਰਕੇ ਮਹਾਂਪੁਰਸ਼ਾਂ ਦੇ ਕੋਲ ਜੋ ਚੀਜ਼ ਮਿਲੀ ਹੋਵੇ ਉਸ ਨੂੰ ਸ਼ੁਕਰ ਕਰਕੇ ਪਰਮਾਤਮਾ ਦਾ ਸਬਰ ਕਰਕੇ ਅਤੇ ਸਤ ਵਚਨ ਕਰਕੇ ਮੰਨ ਲੈਣਾ ਚਾਹੀਦਾ ਹੈ ਅਤੇ ਲੈ ਲੈਣਾ ਚਾਹੀਦਾ ਹੈ। ਪਰ ਸ਼ਾਇਦ ਬੀਬੀ ਦੇ ਮਨ ਵਿੱਚ ਇਹ ਨਾ ਹੋਵੇ ਕਿ ਮਹਾਂਪੁਰਸ਼ ਸਾਰੇ ਪੈਸੇ ਦੇ ਦੇਣ, ਸਾਡਾ ਕਰਜ਼ਾ ਉਤਰ ਜਾਵੇ ਤਾਂ ਉਹ 50 ਰੁਪਏ ਮੋੜ ਰਹੀ ਹੋਵੇਗੀ। ਬਾਬਾ ਜੀ ਕਹਿੰਦੇ ਭਾਈ ਆ ਲਓ 50 ਰੁਪਈਏ ਉਹਦੀ ਜੇਬ ਦੇ ਵਿੱਚ ਪਾ ਦਿੱਤੇ ਅਤੇ ਕਹਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨਗੇ, ਕੋਈ ਗੱਲ ਨਹੀਂ। ਅਤੇ ਬੀਬੀ ਨੇ ਧੱਕੇ ਨਾਲ ਆਪਣੇ ਬੱਚੇ ਦੀ ਜੇਬ ਦੇ ਵਿੱਚੋਂ ਪੈਸੇ ਕੱਢ ਕੇ ਮਹਾਂਪੁਰਸ਼ਾਂ ਨੂੰ ਵਾਪਸ ਕਰ ਦਿੱਤੇ। ਮਹਾਂਪੁਰਸ਼ ਫਿਰ ਕਹਿੰਦੇ ਭਾਈ ਚਲੋ ਠੀਕ ਹੈ, ਬੀਬਾ ਤੇਰੀ ਮਰਜ਼ੀ। ਇੰਨਾ ਕਹਿ ਕੇ ਜੋ ਸੰਗਤ ਬਾਹਰ ਚਲੀ ਗਈ, ਬਾਬਾ ਜੀ ਵੀ ਬਾਹਰ ਆ ਗਏ ਤਾਂ ਬਾਬਾ ਜੀ ਨੇ ਦੇਖਿਆ ਕਿ ਉਹ ਬੱਚਾ ਸੜਕ 'ਤੇ ਆਪਣੀ ਮਾਂ ਨਾਲ ਸਕੂਟਰ 'ਤੇ ਆਇਆ ਸੀਗਾ ਅਤੇ ਉਸ ਸੜਕ ਦੇ ਕਿਨਾਰੇ ਦੂਸਰੇ ਪਾਸੇ ਸੜਕ 'ਤੇ ਸਕੂਟਰ ਲੈਣ ਦੇ ਲਈ ਖੜ੍ਹਾ ਸੀਗਾ ਅਤੇ ਸਕੂਟਰ ਉਸਨੇ ਦੂਜੇ ਪਾਸੇ ਤੋਂ ਇੱਧਰ ਲੈ ਕੇ ਆਉਣਾ ਸੀ, ਕਹਿ ਲਓ ਵੀ ਸੱਜੇ ਪਾਸੇ ਤੋਂ ਖੱਬੇ ਪਾਸੇ ਸਕੂਟਰ ਲੈ ਕੇ ਆਉਣਾ ਸੀ। ਤਾਂ ਮਹਾਂਪੁਰਸ਼ਾਂ ਨੇ ਦੇਖਿਆ ਵੀ ਉਹ ਇਕੱਲਾ ਹੈ ਅਤੇ ਉਸ ਦੀ ਮਾਂ ਕਿਧਰੇ ਨਹੀਂ ਦਿਸ ਰਹੀ ਸੀ। ਤਾਂ ਬਾਬਾ ਜੀ ਨੇ ਇੱਕਦਮ ਹੀ ਆਪਣੇ ਸੇਵਕ ਨੂੰ ਕਿਹਾ ਕਿ ਇਸ ਤਰ੍ਹਾਂ ਕਰੋ, ਉਸ ਬੱਚੇ ਨੂੰ ਬੁਲਾ ਕੇ ਲੈ ਕੇ ਆਓ। ਤਾਂ ਸਕੂਟਰ ਉੱਥੇ ਹੀ ਖੜ੍ਹਾ ਕੇ ਇਸੇ ਤਰ੍ਹਾਂ ਹੀ ਆ ਗਿਆ ਅਤੇ ਬਾਬਾ ਜੀ ਨੇ ਕਿਹਾ ਕਿ ਆ ਲੈ ਬੱਚਾ, ਬੇਟਾ 50 ਰੁਪਈਏ ਇਹਨੂੰ ਗੁਰੂ ਦੀ ਕਿਰਪਾ ਸਮਝ ਕੇ ਰੱਖ ਲਾ ਅਤੇ ਗੁਰੂ ਮਹਾਰਾਜ ਤੇਰੇ 'ਤੇ ਜ਼ਰੂਰ ਕਿਰਪਾ ਕਰਨਗੇ ਅਤੇ ਤੁਹਾਡਾ ਕਰਜ਼ਾ ਛੇਤੀ ਉੱਤਰ ਜਾਏਗਾ। ਪਾਠ ਕਰਨਾ ਹੈ, ਜਾਪ ਕਰਨਾ ਹੈ ਅਤੇ ਉਸ ਅਕਾਲ ਪੁਰਖ 'ਤੇ ਗੁਰੂ 'ਤੇ ਭਰੋਸਾ ਰੱਖਣਾ ਹੈ, ਡੁੱਲਣਾ ਨਹੀਂ। ਇੰਨੇ ਨੂੰ ਕਹਿ ਕੇ ਹਜੇ ਉਹ ਬੱਚਾ ਗੇੜ ਤੱਕ ਹੀ ਪਹੁੰਚਿਆ ਸੀ, ਉਹ ਮਗਰੋਂ ਉਸ ਦੀ ਮਾਂ ਨੇ ਦੇਖ ਲਿਆ ਕਿ ਬਾਬਾ ਜੀ ਨੇ ਫਿਰ ਉਸਨੂੰ ਕੁਝ ਦਿੱਤਾ ਹੈ। ਤਾਂ ਉਸ ਦੀ ਮਾਤਾ ਭੱਜੀ ਭੱਜੀ ਫਿਰ ਸੜਕ 'ਤੇ ਆਪਣੇ ਪੁੱਤਰ ਦੇ ਕੋਲ ਚਲੀ ਗਈ ਅਤੇ ਆਪਣੇ ਪੁੱਤਰ ਨੂੰ ਪੁੱਛਦੀ ਹੈ ਕਿ ਬੇਟਾ ਮਹਾਂਪੁਰਸ਼ਾਂ ਨੇ ਤੈਨੂੰ ਕੀ ਦਿੱਤਾ ਹੈ। ਤਾਂ ਮਹਾਂਪੁਰਸ਼ਾਂ ਨੇ ਉਸ ਬੱਚੇ ਨੂੰ ਕਿਹਾ ਸੀ ਵੀ ਤੂੰ ਆਪਣੀ ਮਾਂ ਨੂੰ ਦੱਸਣਾ ਨਹੀਂ, ਪਰ ਉਸਨੇ ਆਪਣੀ ਮਾਂ ਨੂੰ ਦੱਸ ਦਿੱਤਾ ਕਿ ਮੈਨੂੰ ਬਾਬਾ ਜੀ ਨੇ 50 ਰੁਪਏ ਦਿੱਤੇ ਹਨ। ਉਹ ਉਸੇ ਤਰ੍ਹਾਂ ਹੀ ਆਪਣੇ ਬੱਚੇ ਤੋਂ 50 ਰੁਪਏ ਫੜ ਕੇ ਫਿਰ ਬਾਬਾ ਜੀ ਦੇ ਕੋਲ ਆ ਗਈ ਅਤੇ ਬੱਚਾ ਉਸਦਾ ਉੱਥੇ ਹੀ ਸੜਕ ਦੇ ਕਿਨਾਰੇ ਖੜ੍ਹਾ ਸੀ। ਤਾਂ ਬਾਬਾ ਜੀ ਨੂੰ ਵੀ ਪਹਿਲਾਂ ਤਾਂ ਮਨ ਦੇ ਵਿੱਚ ਉਹਨਾਂ ਦੇ ਬਹੁਤ ਜ਼ਿਆਦਾ ਦਇਆ ਆਈ ਸੀ ਵੀ ਮਾਤਾ ਬਹੁਤ ਦੁਖੀ ਹੈ, ਇਸ ਦਾ ਭਲਾ ਕਰਨਾ ਚਾਹੀਦਾ ਹੈ ਕਿਉਂਕਿ ਮਹਾਂਪੁਰਸ਼ਾਂ ਦਾ ਬਾਣੀ ਪੜ੍ਹਨ ਵਾਲਿਆਂ ਦਾ ਸੁਭਾਅ ਹੁੰਦਾ ਹੈ ਉਹ ਛੇਤੀ ਹੀ ਦਇਆ ਦੇ ਵਿੱਚ ਆ ਜਾਂਦੇ ਹਨ, ਛੇਤੀ ਹੀ ਕਿਸੇ ਜੀਵ ਦਾ ਭਲਾ ਕਰਨ ਦੇ ਲਈ ਤਰਸ ਕਰ ਦਿੰਦੇ ਹਨ। ਜਦੋਂ ਬੀਬੀ ਨੇ 50 ਰੁਪਏ ਬਾਬਾ ਜੀ ਨੂੰ ਵਾਪਸ ਦੇ ਦਿੱਤੇ ਤਾਂ ਬਾਬਾ ਜੀ ਕਹਿੰਦੇ ਚੱਲ ਭਾਈ ਕੋਈ ਗੱਲ ਨਹੀਂ, ਤੇਰੀ ਮਰਜ਼ੀ ਹੈ, ਆ ਟੇਬਲ 'ਤੇ ਰੱਖ ਦੇ।
ਉਹਨੇ ਉੱਥੇ ਹੀ ਟੇਬਲ ਦੇ ਬਾਹਰ 50 ਰੁਪਏ ਰੱਖ ਦਿੱਤੇ। ਹਵਾ ਚੱਲੀ, ਉਹ ਉੱਡ ਗਏ ਤਾਂ ਬਾਬਾ ਜੀ ਦੇ ਸੇਵਾਦਾਰ ਨੇ ਉਹ 50 ਰੁਪਏ ਚੱਕ ਲਏ। ਬਾਬਾ ਜੀ ਨੇ ਕਿਹਾ ਕਿ ਭਾਈ ਇਹਨੂੰ ਤੂੰ ਜੇਬ ਦੇ ਵਿੱਚ ਪਾ ਲਾ। ਉਸ ਤੋਂ ਬਾਅਦ ਕੀ ਹੋਇਆ, ਜਦੋਂ ਉਹ ਬੱਚਾ ਸੜਕ ਕਰੋਸ ਕਰਕੇ ਆਪਣਾ ਸਕੂਟਰ ਦੂਸਰੇ ਪਾਸੇ ਲੈ ਕੇ ਆ ਰਿਹਾ ਸੀ, ਇੱਕ ਕਹਿੰਦੇ ਥ੍ਰੀ ਵੀਲਰ ਆਇਆ, ਇੰਨੀ ਜ਼ੋਰ ਦੀ ਟੱਕਰ ਮਾਰੀ, ਉਸ ਬੱਚੇ ਦਾ ਐਕਸੀਡੈਂਟ ਹੋ ਗਿਆ ਅਤੇ ਮੌਕੇ 'ਤੇ ਹੀ ਉਸਦੀ ਮੌਤ ਹੋ ਗਈ। ਅਤੇ ਮਾਂ ਨੇ ਜਦੋਂ ਇਹ ਦ੍ਰਿਸ਼ ਦੇਖਿਆ ਤਾਂ ਆਪਣੇ ਪੁੱਤ ਨੂੰ ਮਰਦਾ ਕਿਹੜੀ ਮਾਂ ਦੇਖ ਸਕਦੀ ਹੈ, ਉਹ ਵੀ ਅੱਖਾਂ ਦੇ ਸਾਹਮਣੇ। ਅਤੇ ਬਾਬਾ ਜੀ ਕੋਲ ਉਸੇ ਤਰ੍ਹਾਂ ਹੀ ਫਿਰ ਰੋਂਦੀ ਕਰ ਲਾਉਂਦੀ ਆ ਗਈ। ਸੰਗਤ ਨੇ ਬੱਚੇ ਨੂੰ ਸਾਂਭਿਆ ਅਤੇ ਕਹਿੰਦੀ ਬਾਬਾ ਜੀ ਆਹ ਕੀ ਕਹਿਰ ਹੋ ਗਿਆ, ਇਹ ਤਾਂ ਅਨਰਥ ਹੋ ਗਿਆ, ਮੈਂ ਤਾਂ ਤੁਹਾਡੇ ਕੋਲ ਖੁਸ਼ੀਆਂ ਲੈਣ ਆਈ ਸੀ, ਮੇਰੀਆਂ ਖੁਸ਼ੀਆਂ ਤਾਂ ਗਮ ਦੇ ਵਿੱਚ ਬਦਲ ਗਈਆਂ। ਤਾਂ ਮਹਾਂਪੁਰਸ਼ਾਂ ਨੇ ਕਿਹਾ ਕਿ ਬੀਬਾ ਜੀ ਜਦੋਂ ਤੁਸੀਂ ਰੋਂਦੇ ਕੁਰ ਲਾਉਂਦੇ ਆਏ ਸੀ ਤਾਂ ਜਦੋਂ ਤੁਸੀਂ ਕਿਹਾ ਕਿ ਇਸ ਬੱਚੇ ਨੇ ਪਤਾ ਨਹੀਂ ਕਿਵੇਂ ਕਰਜ਼ਾ ਤਾਰਨਾ ਹੈ, ਮੈਂ ਵੀ ਕਦੇ ਕੋਈ ਖੁਸ਼ੀ ਦੀ ਕੜੀ ਜਾਂ ਖੁਸ਼ੀ ਦੇ ਪਲ ਦੇਖਾਂਗੀ, ਤਾਂ ਸਾਨੂੰ ਸੱਚ ਜਾਣਿਓ ਤਰਸ ਆ ਗਿਆ। ਅਸੀਂ ਜਦੋਂ ਇਸ ਬੱਚੇ ਵੱਲ ਦੇਖਿਆ ਤਾਂ ਇਸ ਦੇ ਕੋਲ ਤਾਂ ਰਹਿੰਦੀ 20 ਮਿੰਟ ਸੀ। ਅਸੀਂ ਸੋਚਿਆ ਵੀ ਇਹ ਤੇ ਹੁਣ ਹੀ ਅਕਾਲ ਚਲਾਣਾ ਕਰ ਜਾਵੇਗਾ, ਕਦੋਂ ਇਹ ਕਰਜ਼ਾ ਲਾਏਗਾ, ਕਦੋਂ ਆਪਣੀ ਭੈਣ ਦਾ ਵਿਆਹ ਕਰੇਗਾ। ਤਾਂ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਮਨ ਦੇ ਵਿੱਚ ਹੀ ਅਰਦਾਸ ਕੀਤੀ ਅਤੇ ਉਹਨਾਂ ਦੇ ਕੋਲੋਂ 50 ਸਾਲ ਦੀ ਉਮਰ ਇਹਦੀ ਮੰਗੀ ਸੀ। ਅਸਲ ਦੇ ਵਿੱਚ ਉਹ 50 ਰੁਪਏ ਨਹੀਂ ਸਨ, ਉਹ ਅਸੀਂ ਤੇਰੇ ਬੱਚੇ ਨੂੰ 50 ਸਾਲ ਦੀ ਉਮਰ ਦੇ ਰਹੇ ਸੀ, ਪਰ ਤੇਰੀ ਨਾ ਸਮਝੀ ਕਰਕੇ ਹੁਣ ਤੇਰੇ ਮਾੜੇ ਭਾਗ ਕਹਿ ਸਕਦੇ ਹਾਂ ਵੀ ਤੇਰੇ ਕੋਈ ਮਾੜੇ ਕਰਮ ਨੇ, ਜਿਹਦਾ ਤੈਨੂੰ ਹੁਣ ਮਾੜੇ ਕਰਮਾਂ ਦਾ ਜੋ ਕਰਮ ਹੁੰਦਾ ਹੈ, ਜੋ ਫਲ ਹੁੰਦਾ ਹੈ, ਉਹ ਤੈਨੂੰ ਭੋਗਣਾ ਪਏਗਾ। ਇਸ ਕਰਕੇ ਬੀਬਾ ਜੀ ਹੁਣ ਅਸੀਂ ਕੁਝ ਨਹੀਂ ਕਰ ਸਕਦੇ, ਹੁਣ ਬਸ ਉਸ ਪਰਮਾਤਮਾ ਦਾ ਭਾਣਾ ਮੰਨ ਕੇ ਉਸ ਦੀ ਰਜ਼ਾ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰ। ਸੋ ਇਸ ਕਰਕੇ ਆਪਾਂ ਵੀ ਜੇ ਕਿਸੇ ਮਹਾਂਪੁਰਸ਼ਾਂ ਦੀ ਕਮਾਈ ਵਾਲਿਆਂ ਦੀ ਸੰਤਾਂ ਦੀ ਸੰਗਤ ਕਰਨੀ ਹੈ ਤਾਂ ਕਦੇ ਵੀ ਉਹਨਾਂ ਨਾਲ ਜ਼ਿਆਦਾ ਗੱਲ ਕਰਨ ਦੀ ਲੋੜ ਨਹੀਂ, ਕਿਉਂਕਿ ਉਹ ਤਾਂ ਜਾਣੀ ਜਾਣੀ ਹੁੰਦੇ ਹਨ। ਇਸ ਕਰਕੇ ਸਤ ਵਚਨ ਕਰਕੇ ਹੀ ਆਪ ਜੀ ਉਸ ਗੱਲ ਨੂੰ ਮੰਨੋ, ਕਿਉਂਕਿ ਸੰਤ ਮਹਾਂਪੁਰਸ਼ ਸਿਰਫ ਬਾਣੀ ਨਾਲ ਹੀ ਜੋੜਦੇ ਹਨ, ਉਹਨਾਂ ਦਾ ਸੰਸਾਰ ਤੋਂ ਹੁੰਦਾ ਹੀ ਰੂਪ ਵੱਖਰਾ ਹੈ, ਕਿਉਂਕਿ ਜਿਸ ਨੇ ਨਿਰੰਕਾਰ ਦੀ ਗੱਲ ਕਰਨੀ ਹੈ ਉਹ ਸੰਸਾਰ ਦੇ ਵਿੱਚ ਫਿਰ ਘੱਟ ਹੀ ਰਲਦਾ ਹੈ। ਸੋ ਜੇ ਆਪ ਜੀ ਨੂੰ ਇਹ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਅਤੇ ਅੱਗੇ ਵੀ ਇਸ ਨੂੰ ਹੋਰ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ 'ਚ ਭੇਜ ਦੇਣਾ, ਸ਼ੇਅਰ ਕਰ ਦੇਣਾ ਤਾਂ ਜੋ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ। ਚੈਨਲ ਨੂੰ ਸਬਸਕ੍ਰਾਈਬ ਕਰਨਾ, ਹੋਰ ਇਸ ਤਰ੍ਹਾਂ ਦੀਆਂ ਵੀਡੀਓ ਸਾਖੀਆਂ ਸਿੱਖ ਇਤਿਹਾਸ ਦੇ ਨਾਲ ਸੁਣਨ ਦੇ ਲਈ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ
ਮੁਆਫੀ ਜੀ ਸਮਤ ਬਖਸ਼ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।